ਮੋਗਾ ਦੇ ਕਸਬਾ ਧਰਮਕੋਟ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ 112 ਦੇ ਉੱਤੇ ਆਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਪੁੱਛਗਿੱਛ ਕਰਨ ਗਈ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ। ਹਮਲੇ ਦੇ ਵਿੱਚ 4 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ। ਦਰਅਸਲ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਅਮੀਵਾਲਾ ਵਿੱਚ ਦੇਰ ਰਾਤ ਕਰੀਬ 1 ਵਜੇ ਦੋ ਪੱਖਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ। ਇਸ ਤੋਂ ਬਾਅਦ ਕੰਟਰੋਲ ਰੂਮ 112 ਦੇ ਉੱਤੇ ਮਿਲੀ ਸ਼ਿਕਾਇਤ ਤੋਂ ਬਾਅਦ ਪੁਲਿਸ ਕਾਰਵਾਈ ਕਰਨ ਦੇ ਲਈ ਪਹੁੰਚੀ, ਪਰ ਇਸ ਦੌਰਾਨ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ। ਪੁਲਿਸ ਦੇ ਉੱਤੇ ਪਥਰਾਅ ਕੀਤੇ ਗਏ, ਇਸ ਦੇ ਨਾਲ ਹੀ ਫਾਇਰਿੰਗ ਵੀ ਹੋਈ। ਪੁਲਿਸ ਦੇ ਵੱਲੋਂ ਮਸਾਂ ਹੀ ਆਪਣੀ ਜਾਨ ਬਚਾ ਕੇ ਉੱਥੋਂ ਦੀ ਨਿਕਲਿਆ ਗਿਆ। ਇਸ ਘਟਨਾ ਦੇ ਵਿੱਚ 4 ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਨੇ ਕਿ ਜ਼ਖਮੀ ਹੋਏ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਰਾਤ ਨੂੰ ਸਾਡੇ ਕੋਲ 4 ਪੁਲਿਸ ਵਾਲੇ ਆਏ ਸੀਗੇ। ਉਹਨਾਂ ਦੇ ਮੁਤਾਬਕ ਕਿ ਉਹਨਾਂ ਨੂੰ ਬੰਦਿਆਂ ਨੇ ਕੁੱਟਿਆ। ਜਦੋਂ ਪੁੱਛਿਆ ਗਿਆ ਕੀ ਹੋਇਆ ਸੀ ਤਾਂ ਉਹ ਕਹਿੰਦੇ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਤੇ ਗੋਲੀ ਚੱਲੀ ਹੈ, ਅਤੇ ਅਸੀਂ ਜਦੋਂ ਵੇਰਵਾ ਕਰਨ ਗਏ ਉੱਥੇ ਅਤੇ ਉਹਨਾਂ ਦੇ ਬੰਦੇ ਇਕੱਠੇ ਕਰਕੇ ਅਤੇ ਸਾਡੇ ਨੂੰ ਟੁੱਟ ਕੇ ਪੈ ਗਏ ਅਤੇ ਸਾਨੂੰ ਬੰਨ੍ਹ ਕੇ ਰੱਖ ਲਿਆ ਅਤੇ ਕੁੱਟਿਆ ਸਾਨੂੰ, ਅਤੇ ਸਾਡੀ ਬੰਦੂਕ ਲੈ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਚੱਲੀ ਨਹੀਂ, ਉਹਦੇ ਵਿੱਚ ਹੀ ਰਹਿ ਗਈ ਸੀ। ਇਹਦੇ ਵਿੱਚ ਕਿੰਨੇ ਜਣੇ ਜ਼ਖਮੀ ਹਨ? 4 ਜਣੇ ਜ਼ਖਮੀ ਜੀ। ਨਹੀਂ ਸਰ, ਬੰਦੂਕ ਉਹ ਕਹਿੰਦੇ ਗੋਲੀ ਚੱਲੀ ਹੀ ਨਹੀਂ, ਕਹਿੰਦੇ ਉਹ 'ਚ ਹੀ ਰਹਿ ਗਈ ਸੀਗੀ। ਗੋਲੀ ਵੱਜੀ ਹੈ ਕਿ ਨਹੀਂ ਵੱਜੀ ਹੁਣ ਐਕਸਰੇ ਦੇਖ ਕੇ ਤੁਹਾਨੂੰ ਮੈਂ ਦੱਸ ਦਾਂਗਾ। ਇਹਨਾਂ ਦੇ ਮੁਤਾਬਕ ਕਿ ਸਾਡੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਸੀਰੀਅਸ ਹੈ ਨਹੀਂ ਸਰ, ਸਭ ਨੋਰਮਲ ਹੈਗੇ। ਇੱਕ ਦੀ ਤਾਂ ਛੁੱਟੀ ਕਰ ਰਹੇ ਹੋ, ਚੱਲਿਆ ਘਰੇ। ਹੁਣ 3 ਜਣੇ ਰਹਿ ਜਾਣਗੇ, 4 ਜਣੇ ਹੈਗੇ, ਇੱਕ ਨੂੰ ਛੁੱਟੀ ਕਰ ਦਿੰਦੇ, 3 ਜਣੇ ਰਹਿ ਜਾਣਗੇ। ਇਹ ਸਾਨੂੰ ਰਾਤ ਨੂੰ ਪੁਲਿਸ ਸਟੇਸ਼ਨ ਧਰਮਕੋਟ ਵਿੱਚ 112 'ਤੇ ਕੰਪਲੇਂਟ ਆਈ ਸੀ, ਜਿਸ ਵਿੱਚ 2 ਗੁੱਟਾਂ ਵਿੱਚ ਆਪਸ 'ਚ ਲੜਾਈ ਹੋ ਰਹੀ ਸੀ। ਇੱਕ ਗੁੱਟ ਨੇ 112 'ਤੇ ਕਾਲ ਕਰਕੇ ਫਾਇਰਿੰਗ ਦਾ ਇੰਸੀਡੈਂਟ ਰਿਪੋਰਟ ਕੀਤਾ ਸੀ, ਜਿਸ ਦੀ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਨੇ ਉਦੋਂ ਬਾਅਦ ਵੈਰੀਫਾਈ ਕੀਤਾ ਅਤੇ ਵੈਰੀਫਾਈ ਕਰਨ ਤੋਂ ਬਾਅਦ ਇੱਕ FIR ਨੰਬਰ 110 ਅਸੀਂ ਰਜਿਸਟਰ ਕੀਤੀ ਹੈਗੀ ਹੈ, ਜਿਸ ਵਿੱਚ ਇੱਕ ਗੁੱਟ ਜਿਹੜੀ ਹੈਗੀ ਹੈ ਹਰਪ੍ਰੀਤ ਸਿੰਘ ਐਂਡ ਧਰਮਪ੍ਰੀਤ ਸਿੰਘ, ਉਹਨਾਂ ਨੇ ਸਿਮਰਨਜੀਤ ਕੌਰ ਸਿਮਰਨਜੀਤ ਸਿੰਘ ਦੇ ਉੱਪਰ ਗੋਲੀ ਚਲਾਈ ਸੀ। ਸਰ, ਕੋਈ ਪੁਲਿਸ ਕਰਮੀ ਵੀ ਜ਼ਖਮੀ ਹੋਏ? ਹਾਂ, ਜਦੋਂ ਵੈਰੀਫਾਈ ਕਰਨ ਗਏ ਸੀ ਉਦੋਂ ਕੁਛ ਪੁਲਿਸ ਮੁਲਾਜ਼ਮਾਂ ਦੇ ਵੀ ਸਾਡੇ ਸੱਟ ਲੱਗੀ ਹੈਗੀ ਹੈ ਅਤੇ ਜਿਹੜੇ ਹੁਣ ਅੰਡਰ ਮੈਡੀਕਲ ਟ੍ਰੀਟਮੈਂਟ ਹੈਗੇ ਆ ਅਤੇ ਅੰਡਰ ਓਬਜ਼ਰਵੇਸ਼ਨ। ਕਿੰਨੇ ਜ਼ਖਮੀ ਹੈ ਸਰ, ਕਿਵੇਂ ਲੱਗੇ ਸੱਟ? 4 ਮੁਲਾਜ਼ਮ ਸਾਡੇ ਹੈਗੇ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ, ਅਤੇ ਜਿਹੜੇ ਜਦੋਂ ਵੈਰੀਫਾਈ ਕਰਨ ਗਏ ਸੀ ਇੰਸੀਡੈਂਟ ਉਦੋਂ ਉਹਨਾਂ ਦੇ ਸੱਟ ਲੱਗੇ। ਗੋਲੀ ਵੀ ਲੱਗੀ ਸਰ? ਹਾਂ, ਇੱਕ ਪ੍ਰਾਈਵੇਟ ਬੰਦੇ 'ਤੇ ਗੋਲੀ ਲੱਗੀ ਹੈਗੀ ਹੈ, ਜਿਸਦੇ ਜੋ ਹੈਗਾ ਸੀ ਉੱਥੇ ਮੌਕੇ 'ਤੇ ਹੀ, ਉਹ ਪਿੰਡ ਦਾ ਬੰਦਾ ਹੈਗਾ, ਉਹਦਾ ਨਾਮ ਮਲਕੀਤ ਸਿੰਘ, ਉਹਦੇ ਗੋਲੀ ਲੱਗੀ ਹੈਗੀ ਹੈ, ਜਿਹੜਾ ਹੁਣ DMC ਐਡਮਿਟ ਹੈ। ਸਰ, ਪੁਲਿਸ ਵੱਲੋਂ ਕੀ ਕਰਦੇ? ਪੁਲਿਸ ਵੱਲੋਂ ਅਸੀਂ FIR ਰਜਿਸਟਰ ਕੀਤੀ ਹੈਗੀ ਹੈ ਅਤੇ ਅਸੀਂ ਜੋ ਪੁਲਿਸ ਟੀਮ ਬਣਾ ਕੇ ਅਸੀਂ ਆਪਣੇ ਰੇਡ ਕਰਦੇ ਪਏ। ਸਰ, ਜਦੋਂ ਪੁਲਿਸ ਪਾਰਟੀ ਉੱਥੇ ਗਈ ਉੱਥੇ ਹਮਲਾ ਕੀਤਾ ਗਿਆ ਪੁਲਿਸ 'ਤੇ? ਨਹੀਂ, ਅਸੀਂ ਵੈਰੀਫਾਈ ਕਰਦੇ ਪਏ ਹੈਗੇ ਹਾਂ, ਦੱਸਾਂਗੇ ਤੁਹਾਨੂੰ।